ਸੀਗਾ ਉਹ ਸਾਡੇ ਸਾਰੇ ਸਟੇਟ ਵਿੱਚ ਲੋਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੰਨੇ ਸਬ ਡਿਵੀਜ਼ਨ DSP ਆਫਿਸ ਆ ਉਹਨਾਂ ਦੇ ਪੰਜਾਬ ਦੇ ਵਿੱਚ ਧਰਨੇ ਲੱਗੇ ਨੇ। ਅੱਜ ਭਲੱਥ ਵਿੱਚ ਵੀ ਬੜੀ ਵੱਡੀ ਤਾਦਾਦ ਵਿੱਚ ਕਾਂਗਰਸ ਦੇ ਵਰਕਰਸ ਨੇ ਔਰ ਆਮ ਜਨਤਾ ਨੇ ਆਣ ਕੇ ਧਰਨਾ ਲਾਇਆ ਵਾ, ਕਿਉਂਕਿ ਪਿੰਡਾਂ ਦੇ ਵਿੱਚ ਕੀ ਹੋ ਰਿਹਾ ਕਿ ਬਹੁਤ ਜ਼ਿਆਦਾ ਭੈ ਭੀਤ ਮਾਹੌਲ ਆ, ਡਰ ਦਾ ਮਾਹੌਲ ਆ, ਲੁਟੇਰੇ ਛੇੜੀ ਕਹਿ ਲਓ, ਕ੍ਰਿਮੀਨਲਸ ਕਹਿ ਲਓ, ਗੈਂਗਸਟਰਸ ਕਹਿ ਲਓ, ਜਿਹਦੀ ਮਰਜ਼ੀ ਉਹ ਲੁੱਟ ਕਸੁੱਟ ਕਰ ਦਿੰਦੇ ਨੇ, ਬਾਲੀਆਂ ਲਾ ਲੈਂਦੇ ਨੇ, ਖੋ ਲੁੱਟ ਖੋ ਕਰਦੇ ਨੇ, ਚੋਰੀਆਂ ਪਿੰਡਾਂ ਦੇ ਵਿੱਚ ਇੱਥੋਂ ਮੈਂ ਸਟੇਜ ਤੋਂ ਗਣਾਈਆਂ 10-12 ਤਾਂ ਮੇਰੇ ਲਾਗੇ ਲਾਗੇ ਬੈਠੇ ਗਣਾਤੀਆਂ ਕਿ ਸਾਡਾ ਜੀ 10 ਤੋਲੇ ਲੈ ਗਿਆ, ਕੋਈ ਕਹਿੰਦਾ ਜੀ 25 ਤੋਲੇ ਲੈ ਗਿਆ, ਕੋਈ 40 ਤੋਲੇ, ਔਰ ਦੇ ਹੋ ਰਹੀਆਂ ਨੇ 12-12.5। ਪੁਲਿਸ ਨਾਲ ਗੱਲ ਕਰਦੇ ਸਾਡੇ ਕੋਲ ਨਫਰੀ ਹੈ ਨਹੀਂ ਕਿ ਜੀ ਸਾਡੇ ਕੋਲ ਬੰਦੇ ਹੈ ਨਹੀਂ ਕਿ ਜੀ, ਇਹ ਕਹਿ ਕੇ ਗੱਲ ਛਡਾ ਲੈਂਦੇ ਨੇ। ਪੰਜਾਬ ਦੇ ਵਿੱਚ ਅਸਲ ਕੰਮ ਜਿਹੜਾ ਹੋਣ ਵਾਲਾ ਪੁਲਿਸ ਦਾ ਲੋਅ ਐਂਡ ਆਰਡਰ ਦਾ, ਉਹ ਲੋਕਾਂ ਦੀ ਹਿਫਾਜ਼ਤ, ਜਾਨ ਮਾਲ ਦੀ ਰਾਖੀ ਆ, ਨੰਬਰ 1। ਨੰਬਰ 2, ਜਿਹੜਾ ਡੇਰਾ ਸੱਚਾ ਸੌਦਾ ਦਾ ਮੁਖੀ ਆ, ਜਿਹੜਾ 295 ਏ, ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਸਾਰਾ, ਉਹਦੇ 'ਚ ਅੱਜ 2 ਸਾਲ ਹੋ ਗਏ ਨੇ। ਹੋਮ ਡਿਪਾਰਟਮੈਂਟ, ਹੋਮ ਮਿਨਿਸਟਰ ਭਗਵੰਤ ਮਾਨ ਹੈ, ਉਹਨੇ ਅੱਜ ਤੱਕ ਉਹਦੇ ਖਿਲਾਫ਼ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ। ਇਹ ਕੰਮ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਪੁਲਿਸ ਦੇ ਕਰਨ ਵਾਲੇ ਨੇ। ਆਹ ਦੂਜਾ ਲੋਰੈਂਸ ਬਿਸ਼ਨੋਈ ਦੀ ਹੋਈ ਆ ਇੰਟਰਵਿਊ ਜੇਲ੍ਹ 'ਚ, ਤੁਸੀਂ ਸਾਰੇ ਜਾਣਦੇ ਕਿ ਮੂਸੇਵਾਲੇ ਨੂੰ ਕਤਲ ਕੀਤਾ ਗੈਂਗਸਟਰਾਂ ਨੇ, ਔਰ 1.5 ਸਾਲ ਤੋਂ ਪੰਜਾਬ ਦੀ ਪੁਲਿਸ ਅਤੇ ਸਰਕਾਰ ਝੂਠ ਬੋਲ ਰਹੀ ਕਿ ਸਾਡੀ ਜੇਲ੍ਹ ਵਿੱਚ ਨਹੀਂ ਕਿਤੇ ਉਹਦੀ, ਸਾਡੀ ਕਸਟਡੀ 'ਚ ਕਿਤੇ ਉਹਦੀ ਇੰਟਰਵਿਊ ਨਹੀਂ ਹੋਈ, ਅਤੇ ਬਾਅਦ 'ਚ ਹੁਣ ਹਾਈਕੋਰਟ ਤੋਂ ਮੰਨਣਾ ਪਿਆ ਕਿ ਜਿਹੜੀ ਇੰਟਰਵਿਊ ਆ CAA ਸਟਾਫ ਖਰੜ ਵਿੱਚ ਹੋਈ ਆ, ਇਹ ਉਹਨਾਂ 'ਤੇ ਕਾਰਵਾਈ ਨਹੀਂ ਕਰ ਰਹੀ ਪੰਜਾਬ ਪੁਲਿਸ। ਜਿਹੜੇ NRI ਕਤਲ ਹੋ ਰਹੇ ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ, ਜਿਹੜੇ ਕਬਜ਼ੇ ਹੋ ਰਹੇ ਨੇ, ਆਹ ਜਿਹੜੇ ਕਟਾਰੂ ਚੱਕ ਵਰਗੇ ਕਰਦੇ ਨੇ, ਜਿਹੜੀਆਂ ਵੱਧ ਫੈਲੀਆਂ ਕਰਦੇ ਨੇ, ਮਾਣੂ ਕੇ ਵਰਗੀ ਜਿਹੜੀ ਨਜਾਇਜ਼ ਕਬਜ਼ਾ ਕੀਤਾ NRI ਦੀ ਕੋਠੀ ਦਾ, ਇਹਨਾਂ ਦੇ MLA ਰੋਜ਼ ਨਿੱਤ ਦਿਨ ਗੈਰ ਕਾਨੂੰਨੀ ਮਾਈਨਿੰਗ ਕਰਦੇ, ਇਹਨਾਂ ਗੱਲਾਂ 'ਤੇ ਕਿਤੇ ਕੋਈ ਧਿਆਨ ਨਹੀਂ ਗਾ। ਤਾਂ ਕਰਕੇ ਲੋਅ ਐਂਡ ਆਰਡਰ ਦੀ ਵਿਗੜਦੇ ਹੋਏ ਹਾਲਾਤ ਨੂੰ ਸਾਰੀ ਸਟੇਟ ਵਿੱਚ ਕਾਂਗਰਸ ਨੇ ਹਾਈਲਾਈਟ ਕੀਤਾ ਵਾ ਔਰ ਧਰਨਾ ਦਿੱਤਾ ਵਾ, ਔਰ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਨੂੰ ਥੋੜ੍ਹਾ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਪਵੇਗਾ। ਇੱਕ ਪਾਸੇ ਉਹ ਕਹਿੰਦੇ ਨੇ ਕਿ ED ਅਤੇ CBI ਅਤੇ BJP ਦੀ ਤਾਨਾਸ਼ਾਹ ਏਜੰਸੀਆਂ ਸਾਨੂੰ ਤੰਗ ਕਰ ਰਹੀਆਂ, ਸਾਡੇ 'ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਸੁੱਟਿਆ ਜਾ ਰਿਹਾ। ਦੂਜੇ ਪਾਸੇ ਉਹਨਾਂ ਦੀ ਪੰਜਾਬ ਦੀ ਪੁਲਿਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਉਹਦੇ ਨਾਲੋਂ ਵੱਧ ਤਾਨਾਸ਼ਾਹ 'ਤੇ ਤਸ਼ੱਦਦ ਕਰ ਰਹੀ ਹੈ। ਕੱਲ੍ਹ ਰਾਤ ਮਾਲਵਿੰਦਰ ਸਿੰਘ ਮਾਲੀ ਇੱਕ ਐਕਟਿਵਿਸਟ ਨੇ, ਐਨਲਿਸਟ ਨੇ, ਪੋਲੀਟੀਕਲ ਔਰ ਸੋਸ਼ਲ ਮੀਡੀਆ ਦੇ ਐਕਟਿਵ ਨੇ, ਉਹਨਾਂ ਨੂੰ ਕੱਲ੍ਹ 11:15 ਘਰੋਂ ਗ੍ਰਿਫਤਾਰ ਕਰ ਲਿਆ। ਕੋਈ ਵਾਰੰਟ ਨਹੀਂ, ਕੋਈ ਸਬੂਤ ਨਹੀਂ, ਕੋਈ ਦੱਸਿਆ ਨਹੀਂ ਪਰਿਵਾਰ ਨੂੰ ਕਿੱਥੇ ਲੈ ਕੇ ਗਏ ਨੇ। ਔਰ ਅੱਜ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਪਾਈ ਜਾ ਰਹੀ ਆ ਕਿ ਜਿਹੜਾ ਵੀ ਆਦਮੀ ਸੋਸ਼ਲ ਮੀਡੀਆ 'ਤੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ਼ ਲਿਖੇਗਾ ਜਾਂ ਬੋਲੇਗਾ, ਅਸੀਂ ਤੁਹਾਡਾ ਹਸ਼ਰ ਉਹੀ ਕਰਾਂਗੇ ਜੋ ਮਾਲਵਿੰਦਰ ਮਾਲੀ ਦਾ ਕੀਤਾ। ਅੱਜ ਵੈਸੇ ਵੀ ਓਪੋਜੀਸ਼ਨ ਦੇ ਖਿਲਾਫ਼ ਵੀ ਬਹੁਤ ਧੱਕਾ ਔਰ ਤਾਨਾਸ਼ਾਹ ਰਵੱਈਆ, ਤਾਂ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਅਤੇ BJP 'ਚ ਫਰਕ ਕੀ ਆ, ਦੱਸ ਦਿਓ ਮੈਨੂੰ। ਤੁਸੀਂ BJP ਨੂੰ ਤਾਂ ਇਲਜ਼ਾਮ ਲਾਉਂਦੇ ਹੋ, ਪਰ BJP ਨਾਲੋਂ ਜ਼ਿਆਦਾ ਤਾਨਾਸ਼ਾਹੀ ਅਤੇ ਮਾੜੇ ਕੰਮ ਤੁਸੀਂ ਪੰਜਾਬ ਦੇ ਵਿੱਚ ਦੁਰਉਪਯੋਗ ਪੁਲਿਸ ਦਾ ਇੱਥੇ ਕਰ ਰਹੇ ਹੋ, ਇਸ ਕਰਕੇ ਅੱਜ ਦਾ ਧਰਨਾ ਜਿਹੜਾ ਸੀਗਾ ਔਰ ਬੜੇ ਸ਼ੋਰਟ ਨੋਟਿਸ 'ਤੇ ਬੜੀ ਵੱਡੀ ਤਾਦਾਦ ਵਿੱਚ ਆਏ। ਲੋਕਾਂ 'ਚ ਬਹੁਤ ਗਿਲਾ ਵਾ, ਲੋਕਾਂ 'ਚ ਬਹੁਤ ਗੁੱਸਾ, ਪੰਚਾਇਤ ਦੀਆਂ ਚੋਣਾਂ ਨੂੰ ਕੀ ਕਹਿੰਦੇ ਹੁੰਦੇ ਕਿ ਉਹਨੂੰ ਕਬਜ਼ਾ ਕਰਨਾ ਚਾਹੁੰਦੇ ਪੰਚਾਇਤਾਂ 'ਤੇ, ਲਿਸਟਾਂ ਨਹੀਂ ਦੇ ਰਹੇ, ਐਵੇਂ ਅਫਵਾਹਾਂ ਫੈਲਾਤੀਆਂ ਸਾਰੇ ਪਿੰਡਾਂ 'ਚ ਕਿ ਤੁਹਾਡਾ ਪਿੰਡ ਅਸੀਂ ਤਾਂ ਕਰ ਦਿਆਂਗੇ ਰਿਜ਼ਰਵ ਤਾਂ ਕਿ ਜੀ ਉੱਥੋਂ ਲੋਕ ਭੱਜੇ ਆਉਣ ਸਾਡੇ ਕੋਲ। ਔਰ ਸਾਡੇ ਹਲਕੇ ਦੇ ਵਿੱਚ ਬਹੁਤ ਭ੍ਰਿਸ਼ਟਾਚਾਰ ਹੈ, ਸਾਡੇ ਨੰਬਰਦਾਰੀਆਂ ਦੇ ਪੈਸੇ ਲਏ ਜਾ ਰਹੇ। ਮੈਂ DC ਕਪੂਰਥਲਾ ਨੂੰ ਵਾਰਨ ਕਰਤਾ ਕਿ ਮੋਢਾ ਤੁਹਾਡਾ ਵਾ, ਪੈਸੇ ਪਿੱਛੇ ਬੋਕਰ ਪਾਰਟੀ ਲੈ ਰਹੀ ਹੈ, ਤੁਸੀਂ ਦੇਖ ਲਓ 3 ਤੋਂ ਲੈ ਕੇ 5 ਲੱਖ ਰੁਪਇਆ ਹਰ ਨੰਬਰਦਾਰੀ 'ਚ ਜਾ ਰਿਹਾ ਵਾ। ਔਰ ਆੜ੍ਹਤੀਆਂ ਦੇ ਪੈਸੇ ਜਿਹੜੇ ਢੋਆ ਢਵਾਈ ਦੇ, ਕਿਉਂਕਿ ਨਾਲ ਟੈਂਡਰਾਂ ਟੁੰਡਰਾਂ ਦਾ ਵੀ ਕੰਮ ਕਰਦੇ ਆ, ਉਹਨਾਂ ਸਾਰਿਆਂ ਦੇ ਬਕਾਇਆ ਪੈਸੇ ਜਿਹੜੇ ਆ ਉਹ ਦੇਣਦਾਰੀ ਇਹਨਾਂ ਲੋਕਾਂ ਦੀ। ਔਰ ਗੈਰ ਕਾਨੂੰਨੀ ਕਬਜ਼ੇ ਨਿਹੰਗ ਆਣ ਕੇ ਮਾਝੇ 'ਚੋਂ ਨਿਹੰਗ ਆਣ ਕੇ, ਨਿਹੰਗਾਂ ਦੇ ਬਾਣੇ 'ਚ, ਨੋਟ ਨਿਹੰਗ, ਨਿਹੰਗ ਤਾਂ ਗੁਰੂ ਕੇ ਲਾਡਲੀ ਫੌਜਾਂ ਨੇ, ਨਿਹੰਗਾਂ ਦੇ ਬਾਣੇ ਵਿੱਚ ਲੈਂਡ ਮਾਫੀਆ ਢਿਲਵਾਂ ਮਿਆਣੀ ਅੱਡੇ ਦੇ ਉੱਤੇ ਆਣ ਕੇ ਕਰੋੜਾਂ ਰੁਪਏ ਦੀ ਜ਼ਮੀਨ ਹੜਪਣਾ ਚਾਹੁੰਦਾ ਸੀਗਾ, ਬੜੀ ਮੁਸ਼ਕਲ ਨਾਲ ਉਹਨਾਂ ਦੀ ਹਿਫਾਜ਼ਤ ਕੀਤੀ, ਪਰਚਾ ਦਰਜ ਕਰਾਇਆ। ਉਹਨਾਂ ਸਾਰੀਆਂ ਗੱਲਾਂ ਵਿੱਚ ਬੈਕਐਂਡ ਦੇ ਉੱਤੇ ਇਹਨਾਂ ਲੋਕਾਂ ਦਾ ਹਿੱਸੇਦਾਰੀ ਆ। ਸੋ ਕਰ ਕੀ ਹੋ ਕੀ ਰਿਹਾ, ਲੈਂਡ ਮਾਫੀਆ ਪ੍ਰਮੋਟ ਹੋ ਰਿਹਾ,
ਸ਼ੈਲ ਰਾਣਿਆਂ ਦੇ ਆੜਤੀਆਂ ਦੇ ਪੈਸੇ ਮਾਰੇ ਜਾ ਰਹੇ ਨੇ, ਨੰਬਰਦਾਰੀਆਂ 'ਚੋਂ ਪੈਸੇ ਲਏ ਜਾ ਰਹੇ ਨੇ, ਔਰ ਜਿਹੜੇ ਸਰਪੰਚ ਬਣਾਉਣਗੇ ਮੁੜ ਕੇ ਸਰਪੰਚੀਆਂ ਬਣਾਉਣ, ਸਰਪੰਚ ਬਣਾਉਣ ਦੇ ਉੱਤੇ ਪੈਸੇ ਮੰਗੇ ਜਾ ਰਹੇ ਨੇ। ਦੇਖਿਆ ਜਾਵੇ ਤਾਂ ਸਾਰੀ ਗੱਲ ਦੇ ਖਿਲਾਫ ਗੁੱਸਾ ਜ਼ਾਹਰ ਕਰਦੇ ਅੱਜ ਭਲੱਥ ਵਿੱਚ ਲੋਕਾਂ ਨੇ ਧਰਨਾ ਦਿੱਤਾ। ਤੁਹਾਡੇ ਧਰਨ ਦਾ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਜਿਹੜੇ, ਕਿਉਂ ਕਰ ਰਹੇ ਨੇ, ਘੇਰ ਰਿਹਾ ਇੱਥੇ? ਤੁਸੀਂ ਮੈਨੂੰ ਦੱਸੋ ਕਿਉਂ ਕਰ ਰਹੇ ਨੇ, ਕਾਹਦੇ ਲਈ ਵਿਰੋਧ ਕਰ ਰਹੇ ਨੇ? ਸਾਹਿਬ ਦਿੱਲੀ ਦੇ ਵਿੱਚ ਅੱਜ ਮਾੜੀ ਹਰਕਤ ਹੋ ਸਕਦੀ ਹੈ ਕਿ ਆਪੋਜੀਸ਼ਨ ਦਾ ਅਧਿਕਾਰ ਆ ਸਟੇਟ ਵਿੱਚ ਧਰਨੇ ਲਾਉਣਾ, ਅਤੇ ਇਹ ਬਦਮਾਸ਼ ਪਾਰਟੀ ਅਗਰ ਬਾਹਰ ਖੜੀ ਆ ਤਾਂ ਮੈਂ ਪਹਿਲਾਂ ਵਾਰਨ ਕਰਤਾ ਪੁਲਿਸ ਦੀ ਜ਼ਿੰਮੇਵਾਰੀ ਹੋਊਗੀ। ਤੁਸੀਂ ਸਾਰੇ ਇੱਦਾਂ ਹੀ ਕੈਮਰੇ ਲੈ ਕੇ ਉਹਨਾਂ ਦਾ ਹਰਕਤਾਂ ਨੋਟ ਕਰੋ ਔਰ ਦਿਖਾਓ ਲੋਕਾਂ ਨੂੰ। ਅਰਵਿੰਦ ਕੇਜਰੀਵਾਲ ਦੀ ਦਿੱਲੀ